ਵਾਲੇਕੁਮ ਸਲਾਮ। ਸ਼ਾਜ਼ੀ ਇਹ ਕੀ ਚੀਜ਼ ਹੈ? ਮੈਨੂੰ ਪਤਾ ਸੀ ਇਹ ਨਲਕੇ ਦੇ ਬਾਰੇ 'ਚ ਪੁੱਛੋਗੇ ਤੁਸੀਂ। ਹਵਾਈ ਚੱਪਲ ਜਿਹੜੇ ਸਲੀਪਰ ਨਹੀਂ ਹੁੰਦੇ, ਹਾਂਜੀ, ਇਹ ਉਹ ਬਣਾਉਣ ਵਾਲੀ ਮਸ਼ੀਨ ਹੈ। ਅੱਛਾ, ਸਿੰਪਲ ਹੈ। ਅੱਛਾ ਜੀ, ਇਹਦੇ ਥੱਲੇ ਸ਼ੀਟ ਰੱਖਣੀ, ਠੀਕ, ਸ਼ੀਟ ਦੇ ਉੱਤੇ ਸਾਂਚਾ ਰੱਖਣਾ, ਠੀਕ, ਇਹ ਵਾਲਾ ਸਾਂਚਾ ਮਤਲਬ, ਠੀਕ, ਹਾਂਜੀ, ਠੀਕ, ਇਹ ਰੱਖੋ ਹੰਦਰਾ ਥੱਲੇ, ਲੇਕਿਨ ਰੱਖਣਾ ਸ਼ੀਟ ਦੇ ਉੱਤੇ, ਠੀਕ ਹੈ, ਠੀਕ। ਇਹ ਕਿਸਮ ਦੀ ਸ਼ੀਟ ਹੈ ਸਾਡੀ, ਇਹਦੇ ਉੱਪਰ ਇਹਨੂੰ ਰੱਖ ਦਿੱਤਾ, ਰੱਖ ਦਿੱਤਾ, ਹਾਂਜੀ। ਹੁਣ ਇਹ ਨਲਕੇ ਦੀ ਹੱਥੀ ਹੈ। ਅੱਛਾ ਜੀ, ਇਸ ਨੂੰ ਥੱਲੇ ਪ੍ਰੈਸ ਕਰਨਾ, ਇਸ ਸਾਂਚੇ ਨੇ ਇਸ ਸ਼ੀਟ ਦੀ ਕਟਾਈ ਕਰ ਦੇਣੀ ਹੈ। ਗੁੱਡ, ਕਟਾਈ ਕਰਕੇ ਇਹ ਚੀਜ਼ ਬਣ ਜਾਏਗੀ। ਅੱਛਾ ਅੱਛਾ, ਠੀਕ, ਹਾਂ। ਅੱਛਾ, ਇਹ ਸ਼ੀਟ ਹੈ ਜਿਹੜੀ ਉਹਨੇ ਕਟਾਈ ਕਰਨੀ ਹੈ, ਠੀਕ। ਅੱਛਾ, ਇਹਦੇ 'ਚ ਨਾ ਹਾਲੇ ਫਿਨਿਸ਼ਿੰਗ ਹੋਣ ਵਾਲੀ ਹੈ। ਅੱਛਾ, ਫਿਨਿਸ਼ਿੰਗ ਹੋਏਗੀ ਸਾਂਦ ਮਸ਼ੀਨ ਦੇ ਨਾਲ। ਅੱਛਾ, 3000 ਦੀ ਆਉਂਦੀ ਹੈ। ਅੱਛਾ ਅੱਛਾ, ਇਹ ਰਗੜਾਈ, ਉਹ ਰਗੜੇਗੀ, ਰਗੜਾਈ ਕਰ ਦੇਗੀ, ਰਗੜਾਈ ਹੋ ਕੇ ਇਹ ਫਿਨਿਸ਼ਿੰਗ ਫਿਨਿਸ਼ ਹੋ ਜਾਏਗੀ, ਬਿਲਕੁਲ ਸਾਫ਼ ਸੁਥਰੀ ਹੋ ਜਾਏਗੀ। ਹਾਂ ਹਾਂ ਹਾਂ, ਫਿਰ ਇਹ ਜਗ੍ਹਾ ਵੱਧਰ ਪਾਉਣ ਵਾਲੀ, ਹਾਂ ਹਾਂ, ਇਹਦੇ ਵਿੱਚ ਵੱਧਰ ਪੈ ਜਾਏਗੀ, ਵੱਧਰ ਪੈ ਕੇ ਚੱਪਲ ਤਿਆਰ ਹੋ ਜਾਏਗੀ। ਥੋੜ੍ਹਾ ਜਿਹਾ ਛੋਟਾ ਜਿਹਾ ਕੰਮ ਹੈ, 30,000 ਦੀ ਮਸ਼ੀਨ ਹੈ, ਨਾਲ 3 ਸਾਂਚੇ ਨੇ। ਅੱਛਾ, ਮੁਖਤਲਿਫ ਸਾਈਜ਼ ਦੇ, 8-9-10 ਨੰਬਰ ਦੇ, ਠੀਕ। ਇਹ 3 ਸਾਂਚੇ ਔਰ ਮਸ਼ੀਨ 30,000 ਰੁਪਏ ਦੇ, ਇਹ ਕਿੱਲੀ ਹੈ ਜਿਹਦੇ ਨਾਲ ਵੱਧਰ ਪੈਣੀ ਹੈ। ਅੱਛਾ, ਇਹੀ ਵੱਧਰ ਪਾਏ, ਹਾਂਜੀ, ਇੱਥੇ ਰੱਖ ਕੇ ਪ੍ਰੈਸ ਕਰਨਾ, ਇਹਦੇ ਵਿੱਚ ਵੱਧਰ ਪਾ ਕੇ ਇਹਨੂੰ ਉੱਪਰ ਖਿੱਚ ਲੈਣਾ, ਠੀਕ, ਅੱਛਾ, ਵੱਧਰ ਪੈ ਜਾਣੀ ਹੈ। ਅੱਛਾ ਅੱਛਾ, ਇਹ ਮਲਟੀ ਫੰਕਸ਼ਨ, ਮਲਟੀ ਮਸ਼ੀਨ, ਛੋਟੀ ਜਿਹੀ ਮਸ਼ੀਨ, 30,000 ਰੁਪਏ ਦੇ ਵਿੱਚ 20,000 ਰੁਪਏ ਦਾ ਰਾ ਮਟੀਰੀਅਲ ਲਿਆ ਹੋਏ, ਸ਼ੀਟਾਂ ਦੇ ਵਧਰਾਂ, 50,000 ਦੇ ਵਿੱਚ ਘਰ ਬਹਿ ਕੇ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ, ਬਿਹਤਰੀਨ ਬਿਜ਼ਨਸ। ਹਾਂ, ਖਵਾਤੀਨ, ਸਟੂਡੈਂਟ, ਪਾਰਟ ਟਾਈਮ, ਯੂਨੀਵਰਸਿਟੀ ਦੇ ਸਟੂਡੈਂਟ, ਸਕੂਲਾਂ ਦੇ ਸਟੂਡੈਂਟ, ਬੇਵਾ ਖਵਾਤੀਨ, ਬੁੱਢੇ ਲੋਕ, ਬਜ਼ੁਰਗ ਵਿਚਾਰੇ, ਉਹ ਜਿਹਨਾਂ ਦੇ ਯਾਨੀ ਇਨਕਮ ਕਮ ਹੈ ਜਾਂ ਨਹੀਂ ਕਰ ਸਕਦੇ, ਅਤੇ ਇਹ ਜਿਹੜਾ ਨਾ ਉਹਦੇ ਲਈ ਬੜਾ ਬਿਹਤਰੀਨ ਸਿਸਟਮ, 50,000 ਰੁਪਏ 'ਚ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਦੇ। ਜ਼ਬਰਦਸਤ,